ਗੁਰਪ੍ਰੀਤ ਸਿੰਘ ਦਾ ਪਹਿਲਾਂ ਵੀ ਮੈਰਿਜ ਸੀਗੀ ਅਤੇ ਉਸਨੇ ਦੂਜੀ ਮੈਰਿਜ ਕਰਵਾ ਕੇ ਉਹ ਤਲਵੰਡੀ ਵਿਖੇ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਸੀਗੇ ਅਤੇ ਉਸ ਤੋਂ ਬਾਅਦ ਉਹ ਆਪਣੀ ਜ਼ਮੀਨ ਵੀ ਉਹਨਾਂ ਤੋਂ ਆਪਣਾ ਹਿੱਸਾ ਲੈਣਾ ਚਾਹੁੰਦਾ ਸੀ ਜਿਸ ਦੇ ਕਾਰਨ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਇਕੱਠੇ ਹੋ ਕੇ ਉਹਦਾ ਕਰ ਲਿਆ। ਬੋਹਾ ਦੇ ਵਿੱਚ ਜਿਹੜਾ ਡਬਲ ਮਰਡਰ ਦਾ ਜਿਹੜਾ ਮਾਮਲਾ ਉਹ ਬੀਤੇ ਸ਼ਨੀਵਾਰ ਨੂੰ ਰਾਤ ਨੂੰ ਜਿਹੜਾ ਉਹ ਸਾਹਮਣੇ ਆਇਆ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਆ ਜਿਹੜੀ ਤਫਤੀਸ਼ ਦੇ ਵਿੱਚ ਉਸ ਦਿਨ ਤੋਂ ਹੀ ਲਗਾਤਾਰ ਜੁਟੀ ਹੋਈ ਹੈ ਅਤੇ ਇਸ ਵਕਤ ਮੇਰੇ ਨਾਲ ਥਾਣਾ ਬੋਹਾ ਤੋਂ ਜਿਹੜੇ SHO ਜਸਪ੍ਰੀਤ ਸਿੰਘ ਮਜੂਨ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਕਿ ਮੁੱਢਲੀ ਤਫਤੀਸ਼ ਦੇ ਵਿੱਚ ਆਇਆ ਕੀ ਆਖਿਰਕਾਰ। ਸਰ, ਡਬਲ ਮਰਡਰ ਕੇਸ ਜਿਹੜਾ ਉਹ ਸ਼ਨੀਵਾਰ ਨੂੰ ਜਿਹੜਾ ਹੋਇਆ ਹੈ, ਉਸ ਤਫਤੀਸ਼ ਦੇ ਵਿੱਚ ਕੀ ਕੁਝ ਜਿਹੜਾ ਹੁਣ ਤੱਕ ਸਾਹਮਣੇ ਆਇਆ? ਸਰ, ਤਫਤੀਸ਼ ਦੇ ਵਿੱਚ ਇਹ ਹੈ ਵੀ ਸਾਡੇ ਕੋਲ ਜਗਸੀਰ ਸਿੰਘ ਸਨ ਆਫ ਸੁਖਦੇਵ ਸਿੰਘ ਵਾਰਡ ਨੰਬਰ 13 ਬੋਹਾ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਅਤੇ ਉਸ ਦੇ ਮੁਤਾਬਕ ਅਸੀਂ ਵੀ ਚਾਰ ਮੁਲਜ਼ਮ ਉਹਨਾਂ ਨੇ ਬਾਈ ਨੇਮ ਦੱਸਿਆ ਅਤੇ ਇੱਕ ਨਾਮਲੂਮ ਵਿਅਕਤੀ ਅਤੇ ਗ੍ਰਿਫਤਾਰੀ ਹਜੇ ਹੋਣੀ ਬਾਕੀ। ਕਿਸ ਤਰ੍ਹਾਂ ਨਾਲ ਅੰਜਾਮ ਦਿੱਤਾ ਗਿਆ ਪੂਰੀ ਘਟਨਾ, ਅਖੀਰਕਾਰ ਮਾਮਲਾ ਕੀ ਸੀ ਅਤੇ ਕਿਸ ਤਰ੍ਹਾਂ ਨਾਲ ਘਟਨਾ ਨੂੰ ਅੰਜਾਮ ਹੈ ਜਿਹੜਾ ਉਹ ਦਿੱਤਾ ਗਿਆ? ਘਟਨਾ ਨੂੰ ਅੰਜਾਮ ਇਸ ਤਰ੍ਹਾਂ ਦਿੱਤਾ ਗਿਆ, ਜਿਹੜਾ ਗੁਰਪ੍ਰੀਤ ਸਿੰਘ ਸੀ ਉਹਦੀ ਉਮਰ 45 ਸਾਲ ਸੀ ਅਤੇ ਗੁਰਪ੍ਰੀਤ ਕੌਰ ਉਸਦੀ ਉਮਰ 19 ਸਾਲ ਸੀਗੀ। ਗੁਰਪ੍ਰੀਤ ਸਿੰਘ ਦਾ ਪਹਿਲਾਂ ਵੀ ਮੈਰਿਜ ਸੀਗੀ ਅਤੇ ਉਸਨੇ ਦੂਜੀ ਮੈਰਿਜ ਕਰਵਾ ਕੇ ਉਹ ਤਲਵੰਡੀ ਵਿਖੇ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਸੀਗੇ ਅਤੇ ਉਸ ਤੋਂ ਬਾਅਦ ਉਹ ਆਪਣੀ ਜ਼ਮੀਨ ਵੀ ਉਹਨਾਂ ਤੋਂ ਆਪਣਾ ਹਿੱਸਾ ਲੈਣਾ ਚਾਹੁੰਦਾ ਸੀ ਜਿਸ ਦੇ ਕਾਰਨ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਇਕੱਠੇ ਹੋ ਕੇ ਉਹਦਾ ਕਤਲ ਕਰ ਦਿੱਤਾ। ਕਿੰਨੀ ਜ਼ਮੀਨ ਸੀਗੀ? ਇਹਦੇ 16 ਕਿੱਲੇ ਜ਼ਮੀਨ ਸੀ। 16 ਕਿੱਲੇ ਜ਼ਮੀਨ ਸੀ। ਸਰ, ਇਸ ਗੁਰਪ੍ਰੀਤ ਸਿੰਘ ਦੇ ਉੱਤੇ ਪਹਿਲਾਂ ਵੀ ਕੋਈ ਮਾਮਲੇ ਨੇ? ਹਾਂ ਸਰ, ਪਹਿਲਾਂ ਵੀ ਇਹਦੇ ਦੋ ਮੁਕੱਦਮੇ ਦਰਜ ਨੇ। ਸਰ, ਦੋ ਮੁਕੱਦਮੇ ਨੇ। ਮੁਲਾਜ਼ਮ ਦੇ ਉੱਤੇ ਵੀ ਹਮਲਾ ਜਿਹੜਾ ਕੀਤਾ ਗਿਆ ਸੀ ਗੁਰਪ੍ਰੀਤ ਸਿੰਘ ਵੱਲੋਂ? ਹਾਂਜੀ, ਉਹ ਵੀ 2022 ਦੇ ਵਿੱਚ ਉਹ ਆਪਣਾ ਕੀਤਾ ਗਿਆ ਸੀਗਾ, ਉਹਦੇ ਵਿੱਚ ਇਹਨਾਂ ਦਾ ਰਾਜੀਨਾਮਾ ਹੋ ਚੁੱਕਿਆ ਸੀ। ਹੋਰ ਕਿਹੜਾ ਮਾਮਲਾ ਦਰਜ ਹੈ ਗੁਰਪ੍ਰੀਤ ਸਿੰਘ ਦੇ ਉੱਤੇ ਜੀ? ਹੁਣ ਫਿਲਹਾਲ ਜਿਹੜੀ ਆ 40 ਨੰਬਰ FIR ਉਹੀ ਦਰਜ ਹੋਈ ਹੈ ਜੀ। ਸਰ, ਇਸ ਤੋਂ ਇਲਾਵਾ ਹੁਣ ਕਿਹੜੀ ਕਿੰਨੀ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਇਸ ਵਕਤ? ਫਿਲਹਾਲ ਗ੍ਰਿਫਤਾਰੀ ਕੋਈ ਨਹੀਂ ਹੋ ਚੁੱਕੀ, ਸਾਡੇ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਸਰ। ਮਾਮਲਾ ਸਾਹਮਣੇ ਆ ਰਿਹਾ ਸੀ ਕਿ ਦਾਦਾ ਤੇ ਪੋਤੀ ਦਾ ਜਿਹੜਾ ਇਹ ਲਿਵ ਇਨ ਰਿਲੇਸ਼ਨਸ਼ਿਪ ਸੀ, ਕੀ ਇਹੋ ਜਿਹੀ ਗੱਲ ਸੀਗੀ? ਕੋਈ ਰਿਲੇਸ਼ਨ ਸੀ ਇਹਨਾਂ ਦੇ ਪਹਿਲਾਂ, ਕੋਈ ਆਪਸੀ ਪਰਿਵਾਰਕ ਸੰਬੰਧ ਸਨ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਬੋਹਾ ਦੇ ਵਿੱਚ ਜਿਹੜਾ ਡਬਲ ਮਰਡਰ ਦਾ ਜਿਹੜਾ ਮਾਮਲਾ ਉਹ ਬੀਤੇ ਸ਼ਨੀਵਾਰ ਨੂੰ ਰਾਤ ਨੂੰ ਜਿਹੜਾ ਉਹ ਸਾਹਮਣੇ ਆਇਆ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਆ ਜਿਹੜੀ ਤਫਤੀਸ਼ ਦੇ ਵਿੱਚ ਉਸ ਦਿਨ ਤੋਂ ਹੀ ਲਗਾਤਾਰ ਜੁਟੀ ਹੋਈ ਹੈ ਅਤੇ ਇਸ ਵਕਤ ਮੇਰੇ ਨਾਲ ਥਾਣਾ ਬੋਹਾ ਤੋਂ ਜਿਹੜੇ SHO ਜਸਪ੍ਰੀਤ ਸਿੰਘ ਮਜੂਨ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਕਿ ਮੁੱਢਲੀ ਤਫਤੀਸ਼ ਦੇ ਵਿੱਚ ਆਇਆ ਕੀ ਆਖਿਰਕਾਰ। ਸਰ, ਡਬਲ ਮਰਡਰ ਕੇਸ ਜਿਹੜਾ ਉਹ ਸ਼ਨੀਵਾਰ ਨੂੰ ਜਿਹੜਾ ਹੋਇਆ, ਉਸ ਤਫਤੀਸ਼ ਦੇ ਵਿੱਚ ਕੀ ਕੁਝ ਜਿਹੜਾ ਹੁਣ ਤੱਕ ਸਾਹਮਣੇ ਆਇਆ? ਸਰ, ਤਫਤੀਸ਼ ਦੇ ਵਿੱਚ ਇਹ ਹੈ ਵੀ ਸਾਡੇ ਕੋਲ ਜਗਸੀਰ ਸਿੰਘ ਸਨ ਆਫ ਸੁਖਦੇਵ ਸਿੰਘ ਵਾਰਡ ਨੰਬਰ 13 ਬੋਹਾ ਵੱਲੋਂ ਬਿਆਨ ਦਰਜ ਕਰਵਾਇਆ ਗਿਆ ਅਤੇ ਉਸ ਦੇ ਮੁਤਾਬਕ ਅਸੀਂ ਵੀ ਚਾਰ ਮੁਲਜ਼ਮ ਉਹਨਾਂ ਨੇ ਬਾਈ ਨੇਮ ਦੱਸਿਆ ਅਤੇ ਇੱਕ ਨਾਮਲੂਮ ਵਿਅਕਤੀ ਅਤੇ ਗ੍ਰਿਫਤਾਰੀ ਹਜੇ ਹੋਣੀ ਬਾਕੀ। ਕਿਸ ਤਰ੍ਹਾਂ ਨਾਲ ਅੰਜਾਮ ਦਿੱਤਾ ਗਿਆ ਪੂਰੀ ਘਟਨਾ, ਅਖੀਰਕਾਰ ਮਾਮਲਾ ਕੀ ਸੀ ਅਤੇ ਕਿਸ ਤਰ੍ਹਾਂ ਨਾਲ ਘਟਨਾ ਨੂੰ ਅੰਜਾਮ ਹੈ ਜਿਹੜਾ ਉਹ ਦਿੱਤਾ ਗਿਆ? ਘਟਨਾ ਨੂੰ ਅੰਜਾਮ ਇਸ ਤਰ੍ਹਾਂ ਦਿੱਤਾ ਗਿਆ, ਜਿਹੜਾ ਗੁਰਪ੍ਰੀਤ ਸਿੰਘ ਸੀ ਉਹਦੀ ਉਮਰ 45 ਸਾਲ ਸੀ ਅਤੇ ਗੁਰਪ੍ਰੀਤ ਕੌਰ ਉਸਦੀ ਉਮਰ 19 ਸਾਲ ਸੀਗੀ। ਗੁਰਪ੍ਰੀਤ ਸਿੰਘ ਦਾ ਪਹਿਲਾਂ ਵੀ ਮੈਰਿਜ ਸੀਗੀ ਅਤੇ ਉਸਨੇ ਦੂਜੀ ਮੈਰਿਜ ਕਰਵਾ ਕੇ ਉਹ ਤਲਵੰਡੀ ਵਿਖੇ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਸੀਗੇ ਅਤੇ ਉਸ ਤੋਂ ਬਾਅਦ ਉਹ ਆਪਣੀ ਜ਼ਮੀਨ ਵੀ ਉਹਨਾਂ ਤੋਂ ਆਪਣਾ ਹਿੱਸਾ ਲੈਣਾ ਚਾਹੁੰਦਾ ਸੀ ਜਿਸ ਦੇ ਕਾਰਨ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਇਕੱਠੇ ਹੋ ਕੇ ਉਹਦਾ ਕਤਲ ਕਰ ਦਿੱਤਾ। ਕਿੰਨੀ ਜ਼ਮੀਨ ਸੀਗੀ? ਇਹਦੇ 16 ਕਿੱਲੇ ਜ਼ਮੀਨ ਸੀ। 16 ਕਿੱਲੇ ਜ਼ਮੀਨ ਸੀ। ਸਰ, ਇਸ ਗੁਰਪ੍ਰੀਤ ਸਿੰਘ ਦੇ ਉੱਤੇ ਪਹਿਲਾਂ ਵੀ ਕੋਈ ਮਾਮਲੇ ਨੇ? ਹਾਂ ਸਰ, ਪਹਿਲਾਂ ਵੀ ਇਹਦੇ ਦੋ ਮੁਕੱਦਮੇ ਦਰਜ ਨੇ ਸਰ। ਦੋ ਮੁਕੱਦਮੇ ਨੇ। ਮੁਲਾਜ਼ਮ ਦੇ ਉੱਤੇ ਵੀ ਹਮਲਾ ਜਿਹੜਾ ਕੀਤਾ ਗਿਆ ਸੀ ਗੁਰਪ੍ਰੀਤ ਸਿੰਘ ਵੱਲੋਂ? ਹਾਂਜੀ, ਉਹ ਵੀ 2022 ਦੇ ਵਿੱਚ ਉਹ ਆਪਣਾ ਕੀਤਾ ਗਿਆ ਸੀਗਾ, ਉਹਦੇ ਵਿੱਚ ਇਹਨਾਂ ਦਾ ਰਾਜੀਨਾਮਾ ਹੋ ਚੁੱਕਿਆ ਸੀ। ਹੋਰ ਕਿਹੜਾ ਮਾਮਲਾ ਦਰਜ ਹੈ ਗੁਰਪ੍ਰੀਤ ਸਿੰਘ ਦੇ ਉੱਤੇ ਜੀ? ਹੁਣ ਫਿਲਹਾਲ ਜਿਹੜੀ ਆ 40 ਨੰਬਰ
FIR ਉਹੀ ਦਰਜ ਹੋਈ ਹੈ ਜੀ ਸਰ। ਇਸ ਤੋਂ ਇਲਾਵਾ ਹੁਣ ਕਿਹੜੀ ਕਿੰਨੀ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਇਸ ਵਕਤ? ਫਿਲਹਾਲ ਗ੍ਰਿਫਤਾਰੀ ਕੋਈ ਨਹੀਂ ਹੋ ਚੁੱਕੀ, ਸਾਡੇ ਵੱਲੋਂ ਰੇਡਾਂ ਕੀਤੀਆਂ ਜਾ ਰਹੀਆਂ ਨੇ ਸਰ। ਮਾਮਲਾ ਸਾਹਮਣੇ ਆ ਰਿਹਾ ਸੀ ਕਿ ਦਾਦਾ ਤੇ ਪੋਤੀ ਦਾ ਜਿਹੜਾ ਇਹ ਲਿਵ ਇਨ ਰਿਲੇਸ਼ਨ ਸੀ, ਕੀ ਇਹੋ ਜਿਹੀ ਗੱਲ ਸੀਗੀ? ਕੋਈ ਰਿਲੇਸ਼ਨ ਸੀ ਇਹਨਾਂ ਦੇ ਪਹਿਲਾਂ, ਕੋਈ ਆਪਸੀ ਪਰਿਵਾਰਕ ਸੰਬੰਧ ਸਨ? ਨਹੀਂ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਨਹੀਂ ਨਹੀਂ ਸਰ।